ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਇੱਕ ਉਦਾਸੀ ਸੰਤ ਆਇਆ। ਬੜੇ ਅਫਸੋਸ ਦੀ ਗੱਲ ਵੀ ਉਦਾਸੀਆਂ ਦੇ ਵਿੱਚ ਤਾਂ ਭਾਵਨਾ ਆਉਂਦੀ, ਪਰ ਨਾਸਤਕ ਬੰਦਾ ਆ ਕੇ ਕਹਿੰਦਾ ਸੰਤਾਂ ਨੂੰ, ਕਹਿੰਦਾ ਜੀ ਜਿਹੜਾ ਤੁਸੀਂ ਆਪ ਪੜ੍ਹਦੇ ਹੋ ਨਾ ਗੁਰੂ ਮਾਨਿਓ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ, ਕਹਿੰਦਾ ਮੈਂ ਤਾਂ ਨਹੀਂ ਮੰਨਦਾ। ਸੰਤ ਕਹਿੰਦੇ ਫੇਰ ਕੀ ਹੋ ਜੂਗਾ ਜੇ ਤੂੰ ਨਹੀਂ ਮੰਨਦਾ, ਘਾਟਾ ਪੈ ਜੂ ਕੋਈ ਪੰਥ ਨੂੰ ਨਾ ਮੰਨ। ਕਹਿੰਦੇ ਨਹੀਂ ਨਹੀਂ ਤੁਸੀਂ ਸਿੱਧੇ ਨਹੀਂ ਕਰ ਸਕਦੇ। ਕਹਿੰਦੇ ਇਹ ਦਾਵਾ ਨਾ ਕਰ, ਮੈਂ ਸਿੱਧ ਕਰ ਸਕਦਾ। ਕਹਿੰਦਾ ਜੀ ਫਿਰ ਦੇਹ ਜਿਹੜੀ ਆ ਉਹ ਤਾਂ ਸਾਹ ਲੈਂਦੀ ਹੁੰਦੀ ਆ, ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਕਿ? ਮਹਾਂਪੁਰ ਕਹਿੰਦੇ ਵਾਹਿਗੁਰੂ ਵਾਹਿਗੁਰੂ। ਕਹਿੰਦੇ ਇੱਥੇ ਪਹੁੰਚ ਗਿਆ ਤੂੰ? ਕਹਿੰਦੇ ਜੇ ਸਾਹ ਲੈਂਦਾ ਦਿਖਾ ਦਈਏ ਫਿਰ ਮੰਨ ਜਾਏਗਾ? ਕਹਿੰਦਾ ਜੀ ਹਾਂ ਫਿਰ ਮੰਨ ਜੂ ਫਿਰ। ਕਹਿੰਦਾ ਕੋਈ ਬਾਤ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਕਹਿੰਦੇ ਹੁਣ ਤੂੰ ਸੁਖਾਸਨ ਵੇਲੇ ਤੱਕ ਮੇਰੇ ਨਾਲ ਹੀ ਰਹੀ। ਮਹਾਰਾਜਾ ਸੁਖਾਸਨ ਕੀਤਾ, ਪਲੰਘੇ ਤੇ ਬਿਰਾਜਮਾਨ ਕੀਤਾ, ਉੱਪਰ ਸਾਹਸੀ ਬਸਤਰ ਪਾਇਆ। ਮਹਾਂਪੁਰਖ ਵੇ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਪਹਿਲਾਂ ਹੁਣ ਸੰਤ ਨੂੰ ਕਹਿੰਦੇ ਦੇਖ ਹੁਣ ਸਾਡੇ ਸਤਿਗੁਰੂ ਜੀ ਇਸ ਵੇਲੇ ਬਿਰਾਜ ਗਏ, ਹੁਣ ਸਾਡੇ ਸਤਿਗੁਰੂ ਆਰਾਮ। ਕਹਿੰਦੇ ਭਾਵਨਾ ਸਿੱਖ ਦੀ ਤੇ ਅਰਦਾਸ ਕੀਤੀ। ਕਹਿੰਦੇ ਹੇ ਕਲਗੀਧਰ ਪਾਤਸ਼ਾਹ, ਤੈਂ ਆਪਣੇ ਸਰੀਰ ਨੂੰ ਓਹਲੇ ਕਰਨ ਵੇਲੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਦੀ ਦੇਹ ਹੈ। ਔਰ ਗੁਰੂ ਅਰਜਨ ਦੇਵ ਨੇ ਇਹ ਗੱਲ ਕਹੀ ਸੱਚੇ ਪਾਤਸ਼ਾਹ ਨੇ, ਸ੍ਰੀ ਗੁਰੂ ਕੇਰ ਸਰੀਰ ਜੋ ਸਵਥਾਨ ਸਮੇਂ ਸਭ ਨਾਂਦਰ ਸਹਿ ਗ੍ਰੰਥ ਰਦਾ ਗੁਰ ਕੋ ਇਵਾਨਾ ਉਤਮ ਹੈ ਸਾਵਕਾਰ ਰਹੇ ਹੈ। ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹੇ ਹੈ। ਆਪਣਾ ਮਾਲਕ ਜਾਣ ਕੇ ਸਾਹਿਬ ਜਾਣ ਕੇ ਅਦਬ ਕਰਿਓ। ਪੂਜੋ ਚੰਦਨ ਕੇਸਰ ਕੋ ਕਾਸ, ਧੂਫ ਕਹਿ ਕੇ ਫੁੱਲ ਚੜਾਇਓ ਤਾਂ ਧੂਫਾਂ ਵੀ ਮਨਮਤ ਦਿਸਦੀਆਂ। ਗੁਰੂ ਅਰਜਨ ਦੇਵ ਦੇ ਵੇਲੇ ਨਹੀਂ ਸੀ ਧੂਫਾਂ ਮਨਮਤ ਭਾਈ, ਅੱਜ ਦਿਸਦੀਆਂ। ਧੂਫ ਤਹਿ ਕੇ ਫੁੱਲ ਚੜਾਇਆ ਤੇ ਉਸ ਵੇਲੇ ਮਹਾਂਪੁਰਖਾਂ ਨੇ ਕਿਹਾ ਕਲਗੀਧਰ ਪਾਤਸ਼ਾਹ, ਇਹ ਤੇਰੇ ਨਿਮਾਣੇ ਸਿੱਖ ਨੇ ਤੇਰੇ ਕੋਲੋਂ ਕਦੇ ਨਹੀਂ ਸੀ ਕੁਛ ਮੰਗਿਆ, ਤੇਰੇ ਦੀਦਾਰ ਮੰਗੇ ਸੀ, ਤੂੰ ਮੈਨੂੰ ਬਖਸ਼ਦੇ ਸੀ, ਪਰ ਅੱਜ ਪੰਥ ਦਾ ਮਸਲਾ ਆ ਗਿਆ, ਇਹ ਨਾਸਤਕ ਖੜਾ ਤੇਰੇ ਚਰਨਾਂ ਦੇ ਅੰਦਰ ਮੇਰੀ ਪੈਜ ਰੱਖਣ ਵਾਸਤੇ। ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਇਹਨੂੰ ਸਾਹ ਲੈ ਕੇ ਦਿਖਾ ਦਿਓ ਤਾਂ ਕਿ ਇਹਦੀ ਤਸੱਲੀ ਹੋ ਜਾਏ। ਅਰਦਾਸ ਕੀਤੀ, ਮੱਥਾ ਟੇਕ ਕੇ ਸੰਤ ਭਾਵਕ ਹੋ ਗਏ। ਕਹਿੰਦੇ ਸੰਤ ਜੀ ਪਰਦਾ ਨਾ ਚੱਕੀ। ਕਹਿੰਦੇ ਲਾਹ ਉੱਤੇ ਹੱਥ, ਜਦੋਂ ਹੱਥ ਧਰਿਆ ਜਿਵੇਂ ਭੇਡਾ ਢੇਡਾ ਫੈਲਦਾ ਵੀ ਹੈ ਹੇਠਾਂ ਵੀ ਹੁੰਦਾ ਹੈ। ਤਾਹਾਂ ਮਾਰੀਆਂ ਉੱਚੇ ਉੱਚੇ ਰੋ ਕੇ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ। ਉਦਾਸੀ ਸੰਤ ਕਹਿੰਦਾ ਮੈਨੂੰ ਬਖਸ਼ ਲਓ, ਮੈਂ ਚਿੰਕਾ ਤੁਹਾਡੇ ਸ਼ੰਕਾ ਕੀਤੀ। ਕਹਿੰਦਾ ਬਾਬਾ ਅਤਰ ਸਿੰਘ ਜੀ ਅੱਜ ਤੱਕ ਤੁਸੀਂ ਕਹਿੰਦੇ ਸੀ ਪ੍ਰਗਟ ਦੇ ਹੈ, ਅੱਜ ਤੋਂ ਬਾਅਦ ਇਹ ਉਦਾਸੀ ਸੰਤ ਕਹੂਗਾ ਕਿ ਪ੍ਰਗਟ ਦੇ ਹੈ ਗੁਰੂ ਗ੍ਰੰਥ ਸਾਹਿਬ।